ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਾਡੇ ਚੈਨਲ ਜੀਨੀਅਸ ਸਟੱਡੀ ਹਬ ਉੱਪਰ ਸੋ ਜਿਸ ਜਿਨ੍ਹਾਂ ਨੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਪ੍ਰਾਪਤ ਹੋ ਸਕੇ ਸੋ ਪੰਜਾਬ ਦੇ ਹਰ ਪੱਖ ਨਾਲ ਹਰ ਵਿਭਾਗ ਨਾਲ ਖਬਰਾਂ ਸੁਣਨ ਲਈ ਤੁਸੀਂ ਸਾਡੇ ਚੈਨਲ ਨਾਲ ਰੈਗੂਲਰ ਜੁੜ ਸਕਦੇ ਹੋ ਕਿਉਂਕਿ ਅਸੀਂ ਹਰ ਰੋਜ਼ ਤਾਜ਼ਾ ਖਬਰਾਂ ਇਸ ਚੈਨਲ ਤੇ ਡਿਸਕਸ ਕਰਦੇ ਹਾਂ ਸੋ ਅੱਜ ਆਪਾਂ ਗੱਲ ਕਰਦੇ ਹਾਂ ਐਗਜ਼ਿਟ ਪੋਲ ਅਨੁਸਾਰ ਪੰਜਾਬ ਦੇ ਵਿੱਚ ਕਿਸ ਪਾਰਟੀ ਦੀ ਆਉਣ ਦੀ ਸੰਭਾਵਨਾ ਹੈ ਸੋ ਆਫੀਸ਼ੀਅਲ ਨਿਊਜ਼ ਹੈ ਆਪਾਂ ਇਹਨੂੰ ਪ੍ਰੋਪਰਲੀ ਡਿਸਕਸ ਕਰਾਂਗੇ ਹਾਂਜੀ ਸੂਬੇ 'ਚ ਆਮ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਇਤਿਹਾਸ 'ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ ਪੰਥਕ ਪਾਰਟੀ ਸੱਤਾ 'ਚ ਆਵੇਗੀ। ਉੰਜ ਹੁਣ ਤੱਕ ਪੰਜਾਬ 'ਚ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫਤਿਹ ਸਿੰਘ ਰਾਹੀਂ ਪੰਥਕ ਸੋਚ ਸਰਕਾਰਾਂ ਤੇ ਭਾਰੂ ਰਹੀ ਹੈ। ਭਾਵੇਂ ਚੋਣਾਂ ਦੇ ਨਤੀਜੇ ਵੀਰਵਾਰ ਆਉਣਗੇ ਪਰ ਐਗਜ਼ਿਟ ਪੋਲ ਆਮ ਪਾਰਟੀ ਦੀ ਸਰਕਾਰ ਬਣਦੀ ਵਿਖਾ ਰਹੇ ਹਨ। ਇਸ ਹਾਲਤ 'ਚ ਪੰਜਾਬ 'ਚ ਆਮ ਪਾਰਟੀ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਪੰਥਕ ਸੋਚ ਨੂੰ ਲੈ ਕੇ ਚੱਲਣਾ ਹੈ ਤਾਂ ਵਖ ਢਾਂਚੇ ਦੇ ਸਰਕਾਰ ਲਿਆਉਣੀ ਹੈ ਇਹ ਬਹੁਤ ਵੱਡੀ ਗਲਫਤ ਵਾਲੀ ਹਾਲਤ ਹੋਵੇਗੀ ਆម ਪਾਰਟੀ ਲਈ ਇਸ ਮੁਤਾਬਕ ਚਲਣਾ ਇਹਨਾ ਸੌਖਾ ਨਹੀਂ ਹੋਵੇਗਾ ਸੋ ਐਗਜ਼ਿਟ ਪੋਲ ਦੇ ਅਨਸਾਰ ਆម ਪਾਰਟੀ ਦੇ ਔਨ ਦੇ ਅਸਾਰ ਜਿਹੜੇ ਦਿਖਾਈ ਦੇ ਰਹੇ ਆ ਪਰ ਇਹ ਵੀ ਮੁਕੱਦਰ ਤੇ ਇਹ ਲੋਕਾਂ ਦੇ ਹੱਥ ਵਿੱਚ ਹੈ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਸਰਕਾਰਾਂ ਨੂੰ ਤੇ ਕੱਲ ਨੂੰ ਆਪਾਂ ਇਸ ਦੇ ਉੱਪਰ ਵੀ ਨਿਊਜ਼ ਡਿਸਕਸ ਕਰਦੇ ਰਵਾਂਗੇ ਜੋ ਵੀ ਸਾਡੇ ਕੋਲੇ ਅਪਡੇਟ ਖਬਰਾਂ ਆਉਂਦੀਆਂ ਰਹਿਣਗੀਆਂ ਕਿਸ ਪਾਰਟੀ ਦਾ ਕੱਲ ਨੂੰ ਜਿੱਤ ਹਾਰਤਾ ਬਣੀ ਹੋਈ ਹੈ ਕੌਣ ਪਾਰਟੀ ਇਸ ਦੇ ਵਿੱਚ ਜਿੱਤ ਹਾਸਲ ਕਰਦੀ ਹੈ ਪੰਜਾਬ ਦੇ ਹਾਲਾਤਾਂ ਨੂੰ ਬਾਚਦੀ ਹੋਈ ਆਪਣੀ ਜਿਹੜੀ ਇੱਕ ਮੰਗ ਡੋਰ ਸੰਭਾਲੂਗੀ ਸੋ ਉਹ ਆਪਾਂ ਕੱਲ ਦੀ ਖਬਰ ਵਿੱਚ ਜ਼ਰੂਰ ਡਿਸਕਸ ਕਰਾਂਗੇ ਸੋ ਕੱਲ ਤੱਕ ਜਿਹੜੇ ਨਤੀਜੇ ਆ ਹੀ ਜਾਣਗੇ ਇਹ ਤਾਂ ਇੱਕ ਐਗਜ਼ਿਟ ਪੋਲ ਦੇ ਅਨੁਸਾਰ ਇੱਕ VOTING ਹੋ ਰਹੀ ਹੈ ਜੋ ਵੀ ਸਰਕਾਰ ਆਉਂਦੀ ਹੈ ਉਹ ਆਪਾਂ ਕੱਲ ਨੂੰ ਇੱਕ ਅਲੱਗ ਖਬਰ ਦੇ ਵਿੱਚ ਡਿਸਕਸ ਕਰਾਂਗੇ ਸੋ ਇਸ ਚੈਨਲ ਨੂੰ ਫਿਰ ਲਾਸਟ ਦੇ ਅਸੀਂ ਇਹੀ ਰਿਕਵੈਸਟ ਕਰਦੇ ਹਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੇ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਸਾਡੇ ਚੈਨਲ ਤੋਂ ਪ੍ਰਾਪਤ ਹੋ ਸਕੇ ਧੰਨਵਾਦ ਜੀ